ਸਿੰਘ ਜੋੜੇ ਮਾਜਰਾ ਸਾਹਿਬ ਜਿਹੜੇ ਅੱਜ ਸੰਦੇ ਤੇ ਸਾਡੇ ਇੱਥੇ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਜਿਵੇਂ ਇੱਥੇ ਕੰਨੂ ਵੈਲਫੇਅਰ ਸੋਸਾਇਟੀ ਨੇ ਅੱਜ ਮੈਡੀਕਲ ਸੇਵਾਵਾਂ ਲਈ ਕੈਂਪ ਲਾਇਆ ਇਹ ਸਾਡਾ ਫਤਿਹਗੜ੍ਹ ਸਾਹਿਬ ਦੇ ਦੋ ਪਿੰਡ ਜਿਹਦੇ ਵਿੱਚ ਉੱਚਾ ਰਿਉਣਾ ਅਤੇ ਖੇੜੀ ਭਾਈਕੀ ਇਹ ਸੇਵਾ ਦੇ ਰਹੇ ਨੇ ਲੇਕਿਨ ਨਾਲ ਦੀ ਨਾਲ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਦੇ ਹਰ ਇੱਕ ਵਾਸੀ ਨੂੰ ਜਿਹੜੀ ਮੈਡੀਕਲ ਸਹੂਲਤਾਂ ਫ੍ਰੀ ਪਹੁੰਚੇ ਉਹਦੇ ਤਹਿਤ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ 9 ਜਿਹੜੇ ਸਾਡੇ ਮੁਹੱਲਾ ਕਲੀਨਿਕ ਹੈ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਆ ਜਿਨ੍ਹਾਂ ਦਾ 26 ਜਨਵਰੀ ਨੂੰ ਉਦਘਾਟਨ ਹੋਣ ਜਾ ਰਿਹਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਇਹ ਨਿਰਦੇਸ਼ ਨੇ ਕਿ ਸਾਨੂੰ ਕਿ ਹਰ ਇੱਕ ਬੰਦੇ ਨੂੰ ਜਿਹੜਾ ਇਲਾਜ ਫ੍ਰੀ ਮਿਲੇ ਪੰਜਾਬ ਦਾ ਕੋਈ ਬੰਦਾ ਐਸਾ ਨਾ ਰਹੇ ਕੋਈ ਸਾਡੀ ਮਾਂ ਭੈਣ ਐਸੀ ਨਾ ਰਹੇ ਜਿਹਨੂੰ ਇਲਾਜ ਫ੍ਰੀ ਨਾ ਮਿਲੇ ਉਹਦੇ ਲਈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਉਹਦੇ ਲਈ ਧੰਨਵਾਦ ਚੇਤਨ ਸਿੰਘ ਜੋੜੇ ਮਾਜਰਾ ਸਾਹਿਬ ਜਿਹੜੇ ਅੱਜ ਸੰਦੇ ਤੇ ਸਾਡੇ ਇੱਥੇ ਆਪਣਾ ਕੀਮਤੀ ਟਾਈਮ ਕੱਢ ਕੇ ਆਏ ਆ ਔਰ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹਾਂਗਾ ਜਿਵੇਂ ਇੱਥੇ ਕੰਨੂ ਵੈਲਫੇਅਰ ਸੋਸਾਇਟੀ ਨੇ ਅੱਜ ਮੈਡੀਕਲ ਸੇਵਾਵਾਂ ਲਈ ਕੈਂਪ ਲਾਇਆ ਇਹ ਸਾਡਾ ਫਤਿਹਗੜ੍ਹ ਸਾਹਿਬ ਦੇ ਦੋ ਪਿੰਡ ਜਿਹਦੇ ਵਿੱਚ ਉੱਚਾ ਰਿਉਣਾ ਅਤੇ ਖੇੜੀ ਭਾਈਕੀ ਇਹ ਸੇਵਾ ਦੇ ਰਹੇ ਨੇ ਲੇਕਿਨ ਨਾਲ ਦੀ ਨਾਲ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਕਿ ਪੰਜਾਬ ਦੇ ਹਰ ਇੱਕ ਵਾਸੀ ਨੂੰ ਜਿਹੜੀ ਮੈਡੀਕਲ ਸਹੂਲਤਾਂ ਫ੍ਰੀ ਪਹੁੰਚੇ ਉਹਦੇ ਤਹਿਤ ਸਰਦਾਰ ਚੇਤਨ ਸਿੰਘ ਜੋੜੇ ਮਾਜਰਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ 9 ਜਿਹੜੇ ਸਾਡੇ ਮੁਹੱਲਾ ਕਲੀਨਿਕ ਹੈ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਦਿੱਤੀ ਆ ਜਿਨ੍ਹਾਂ ਦਾ 26 ਜਨਵਰੀ ਨੂੰ ਉਦਘਾਟਨ ਹੋਣ ਜਾ ਰਿਹਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਪੰਜਾਬ ਸਰਕਾਰ ਦੀ ਮਾਨ ਸਾਹਿਬ ਦੀ ਇਹ ਨਿਰਦੇਸ਼ ਨੇ ਕਿ ਸਾਨੂੰ ਕਿ ਹਰ ਇੱਕ ਬੰਦੇ ਨੂੰ ਜਿਹੜਾ ਇਲਾਜ ਫ੍ਰੀ ਮਿਲੇ ਪੰਜਾਬ ਦਾ ਕੋਈ ਬੰਦਾ ਐਸਾ ਨਾ ਰਹੇ ਕੋਈ ਸਾਡੀ ਮਾਂ ਭੈਣ ਐਸੀ ਨਾ ਰਹੇ ਜਿਹਨੂੰ ਇਲਾਜ ਫ੍ਰੀ ਨਾ ਮਿਲੇ ਉਹਦੇ ਲਈ ਪੰਜਾਬ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਉਹਦੇ ਲਈ ਧੰਨਵਾਦ।